मेनू तो रणबीर ते नहीं यकीन हैगा पी ये सवाद की कोई गल भी करूगा अपनी सस ना मेनू नहीं मैं भी गल करूगा इन्हे जा चाह पानी पीना रोटी पानी खाना ते हस खेल के पास मैं छोपी बोलन डे मैं कराया था चलो हम बलजीत भी आख्या वा इन रघबीर नु भी आख्या वा जे हम इन्हों के बलजीत नु क्या पापा रुकी रुकी मेरी सुनो गल रघबीर नु क्या वो पुट के पता ही ओनू अपने घर का पता ही है रघबीर नू नहीं तो लिया चलो को ना को लिया सही होगा फिर एडी गल भी नहीं जे ना देने होंगे ना माता ने उन्होंने देने इन्हों ने फूकू कर दे आ जाना उस वे गल है शामा पै गई शामा पै गई फिर ए गल होगी
ਪੀ ਜੇ ਮਨਜੀਤ ਹੋਣੀ ਘਰ ਹੋਏ ਤੇ ਭਾਵੇਂ ਰੁਕਣਾ ਬਣਦਾ ਵੇ ਗੱਲ ਕਰਨ ਦਾ ਸ਼ਾਇਦ ਉਹ ਵੀ ਗੱਲ ਹੋ ਸਕਦੀ ਆ ਹਨਾ ਮਨਜੀਤ ਘਰ ਹੋਇਆ ਨਾ ਇਹਨਾਂ ਨੂੰ ਉਹਨਾਂ ਦੇ ਸਾਹਮਣੇ ਗੱਲ ਹੀ ਨਹੀਂ ਕਰਨੀ ਪਰ ਇੱਕ ਗੱਲ ਹੋਰ ਜੇ ਉਹ ਵੀ ਘਰ ਹੋਊਗਾ ਤਾਂ ਪਤਾ ਗਾਂਵ ਸ਼ਾਂ ਤੇ ਹੁੰਦਾ ਹੀ ਆ ਉਹ ਚੱਲ ਹੈ ਤੇ ਗੱਲ ਹੈ ਹੀ ਆ ਸਾਡਾ ਮੁੰਡਾ ਵੀ ਉਦਾਂ ਚੁੱਡੂ ਹੀ ਆ इंतजार बना लिया आटा भी गुन लिया सबको कर लिया भी यार शाह मंदिर चंगी चंगी खबर देंगे ते पैसे पुसे का पता लग जाए भी लाख जे सानू मिल जाए ते कुछ थोड़े बहुते होर करांगे चल साडा सूत्र आ जाना चलो वेखो चाह पानी की पीना ही तुम चल के जी नहीं लगन दिया मैं तेन कहना मम्मी ने चाह नहीं पीनी मगरों ਪਰ ਇੰਨਾ ਕੰਮ ਕੀਤਾ ਮੈਂ ਵੀ ਨੇਰਾ ਹੁੰਦਾ ਦੇਖਦਾ ਸੀ ਮੈਂ ਸ਼ਾਮਾਂ ਪੈ ਗਈਆਂ ਮੈਂ ਦਾਲ ਦੂਲ ਬਣਾ ਕੇ ਆਟਾ ਉਟਾ ਗੁੰਦ ਲਿਆ ਮੈਂ ਕੁੜੀ ਕਿੱਥੇ ਕੰਮ ਕਰਦੀ ਰਹੂਗੀ ਆਉਂਦਿਆਂ ਹੀ ਨਾ ਜੀ ਤੁਸੀਂ ਇਕੱਲੇ ਤੇ ਨਾ ਮੰਮੀ ਇਕੱਲੀ ਤੁਸੀਂ ਤੁਹਾਨੂੰ ਦੋਵਾਂ ਨੂੰ ਇੱਕ ਦੂਜੇ ਦਾ ਆਸਰਾ ਚਾਹ ਤੇ ਬਣਾ ਕੇ ਪੀ ਲੈਣਾ ਹੈ ਚੱਲ ਬਾਕੀ ਤਾਂ ਸਾਰਾ ਕੰਮ ਕੀਤਾ ਹੀ ਆ ਤੁਸੀਂ ਉਹ ਬਣਾਈ ਨਹੀਂ ਪਤਾ ਹੀ ਹੁਣ ਅਸੀਂ ਇਕੱਠੇ ਹੋ ਕੇ ਤੇ ਪੀਨੇ ਸਾਰਾ ਦੋਦੀ ਪੱਤੀ ਪਾ ਲਈ ਹੁਣ ਚਲ ਹੁੰਨੀ ਆ ਫਿਰ ਕਸਰ ਕਰਦੀ ਤੇ ਪਹਿਲਾਂ ਮੰਮੀ ਬਣਾ ਦੀ ਵਧੀਆ ਬਣਾ ਲਿਆ ਆਪੇ ਜ਼ਿਆਦਾ ਦੁੱਧ ਪਾ ਕੇ ਹੋਰ ਸੁਣਾਓ ਠੀਕ ਹੈ ਕਰਦੇ ਕਰੋ ਹਾਂ ਚਲੇ ਤਾਂ ਨਹੀਂ थोड़ी जी बनी है कि साबी बैठा ही लागी उठे उदो दे माता ने हम कहता कि 2 लाख दूं पहला 2 लाख आहो ਉਹ ਮੁੜ ਕੇ ਫਿਰ ਬਲਜੀਤ ਤੇ ਮੰਮੀ ਬੈਠੀਆਂ ਸਾਈਡ ਤੇ ਜਾ ਕੇ ਸੁਣਦੇ ਰਹੋ ਮੇਰੀਆਂ ਇਸ਼ਾਰੇ ਮਾਰੀਏ ਦੇ ਸਾਨੂੰ ਦੇ ਬਾਂਦਰਾ ਜੀ ਨੂੰ ਕੋ ਹੋਣਿਆ ਵੀ ਗੱਲ ਕਰਨ ਗਿਆ ਕਿ ਪਾਸ ਪਾਉਣ ਗਿਆ 2 ਲੱਖ ਤੇ ਤਾਂ ਗੋਗੋਲ ਦਾ ਮਿੱਟੀ ਝਾੜਨ ਵਾਲੀ ਗੱਲ ਹੀ ਹੋ ਡੈਡੀ ਤੁਸੀਂ ਵੀ ਸਿਆਣੇ ਜੀ ਹਾਂ ਹੁਣ ਮਾਤਾ ਦਾ ਆਪਣਾ 100 ਪਰਦਾ ਵਾ ਉਹਦਾ ਰਾਦਾ ਕਿ ਜੇ ਇਹਦੇ ਲੱਗੇ ਮੈਂ ਜ਼ਿਆਦਾ ਕਿਹਾ ਤੇ ਇਹ ਲੜੂਗਾ ਮੁੜ ਕੇ ਮੇਰੇ ਨਾਲ ਕਿ ਤੂੰ ਸਾਬੂ ਉਹਨਾਂ ਨੂੰ ਟਾਈ ਜਾਂਦੀ ਹੈ ਚੱਲ ਅੱਛਾ ਛੇਤੀ ਦੱਸ ਗੱਲ ਹੁਣ ਤੇ ਮਾਤਾ ਨੇ ਬਾਹਰ ਬਲਜੀਤ ਨੇ ਗੱਲ ਕੀਤੀ ਤਾਂ ਕਿ ਚਲੋ ਮੈਂ ਤੁਹਾਨੂੰ 5-6 ਲੱਖ ਰੁਪਇਆ ਦੇ ਦੂੰਗੀ ਜਦੋਂ ਤੁਸੀਂ ਬਿਆਨਾ ਕਰਨਾ ਮੈਨੂੰ ਫੋਨ ਕਰ ਦੇਣਾ ਕਾਪੀ ਲੈ ਕੇ ਤੁਹਾਡੇ ਘਰ ਆ ਜੂੰਗੀ ਅੱਛਾ ਤੇ ਤੁਹਾਡੇ ਤੁਸੀਂ ਮੇਰੇ ਨਾਲ ਜਾ ਕੇ ਕਢਾ ਦੇ 5-6 ਉਹ ਤੇ 2 ਪਹਿਲਾਂ ਕਹਿਤਾ 8 ਸਿਰਫ 8 ਮੰਮੀ ਸਾਰਾ 6 ਲੱਖ ਰੁਪਏ ਮਾਤਾ ਨੂੰ ਦੇ ਰਹੀ ਹਾਂ ਲੈ ਹੁਣ ਸਿਆਣਾ ਦੀ ਗੱਲ ਹੋਈ ਸੱਚੀ ਕਿ ਜਿੱਡਾ ਡੰਗ ਉਦਾ ਦਵਾਲਾ ਹੁਣ ਜੇ ਉਹਨਾਂ ਕੋਲ 4 ਗਾਲੀਆਂ ਨੇ ਖਰਚੇ ਵੀ ਉਹਨਾਂ ਦੇ ਕਿੰਨੇ ਵਾਦੇ ਖਰਚੇ ਉਹਨਾਂ ਨੇ ਕਾਦੇ ਉਹ ਕਿੰਨੇ ਕੀ ਜਾਣੇ ਜਿਹੜਾ ਖਰਚਾ ਵਾ ਉਹਨਾਂ ਦਾ ਉਹ ਰਣਜੀਤ ਭਾਵੇਂ ਲਟਾਉਂਦਾ ਹੋਊਗਾ ਖਰਚ ਜ਼ਿਆਦਾ ਖਾਂਦਾ ਪੀਂਦਾ ਹੋਊਗਾ ਤੇ ਰਣਜੀਤ ਦੇ ਵੀ ਮਾਰਾ ਖਾਤਾ ਸਾਰੇ ਇੱਥੋਂ ਚੁੱਕੇ ਆ ਵੇਹਾਂ ਇੱਡੀ ਗੰਦੀ ਹੋ ਗਈ ਹੈ ਤੈਨੂੰ ਇੰਨਾ ਤਾਂ ਪਤਾ ਵੀ ਮਿੱਟੀ 'ਚ ਨਹੀਂ ਜਾਣਾ ਮਿੱਟੀ 'ਚ ਨਹੀਂ ਜਾਣਾ ਗੋਤੇ ਦੇਣੇ ਤੈਨੂੰ ਮੈਂ ਵੇਖੀ ਚੱਲ ਸਟੈਫੀ ਇਹ ਕਿੱਦਾਂ ਹਾਂ ਇਹਨੇ ਪੈਰ ਗੰਦੇ ਕੀਤੇ ਆ ਕਿਤੇ ਮੈਨੂੰ ਲੱਗਦਾ ਪਾਣੀ ਲਾਇਆ ਬਾਹਰ ਉਹਦੇ 'ਚ ਕੁੱਦਦੀ ਰਹੀ ਜਾ ਗਈ ਨਹੀਂ ਸਟੈਫੀ ਨਾ ਕਰ ਰਘਬੀਰ ਸਿਆ ਤੈਨੂੰ ਮੇਰੀ ਗੱਲ ਦੀ ਸਮਝ ਨੀ ਲੱਗਣੀ ਵੇਖੀ ਆਪਣੇ ਸਹੁਰੇ ਤੋਂ ਲੈਵਾਂ ਭਾਵੇਂ ਸੱਜਣਾ ਮਿੱਤਰਾਂ ਕੋਲ ਫੜਨਾ ਭਾਵੇਂ ਰਿਸ਼ਤੇਦਾਰਾਂ ਕੋਲ ਫੜਨਾ ਉਹਨਾਂ ਨੇ ਫਿਰ ਹੋਰ 2 ਮਹੀਨੇ ਨੂੰ ਮੰਗਣ ਲੈ ਪੈਣੇ ਆ ਓਏ ਉੱਥੇ ਤੇਰੀ ਖੁਦ ਦੀ ਪੈਲੀ ਆ ਖੁਦ ਦੀ ਤੇ ਖੁਦ ਦੀ ਤੇਰੀ ਇੱਥੇ ਜਾਇਦਾਦ ਬਣਨੀ ਆ ਨਾ ਕਿਸੇ ਨੇ ਵਿਆਜ ਮੰਗਣਾ ਤੇ ਨਾ ਕਿਸੇ ਨੇ ਪੈਸੇ ਮੰਗਣੇ ਤੇ ਮੰਮੀ ਤੁਸੀਂ ਵੀ ਸਿਆਣੇ ਜੇ ਜਿੰਨਾ ਚਿਰ ਮਾਤਾ ਜੀ ਨੇ ਕਿੱਦਾਂ ਮੈਂ ਕਹਿ ਲਾਂ ਕਿ ਪੈਲੀ ਵੇਚਦੇ ਉਹਦੇ ਅੰਦਰੋਂ ਖਿੱਚਣਾ ਵੱਜੂਗੀ ਹੌਸਲੇ ਦਾ ਥੋੜਾ ਥੋੜਾ ਸਿਆਣਿਆਂ ਦੇ ਆ
खीर ठंडी करके खानी चाहिए है। बोली तत्ती खाई मूह सड़ जाता वा। पर जो तुम दसिया सब कुछ आ गया फिर भैन जी का फर्ज तो बनता ना चल छको तो फिक्र ना करो कोई नी अज भी ताड़ी कल भी ताड़ी आ ते जिन्ने आखो तुम मैं ओने कटा दिनी आ सुख ने मेनू दसा की भाई 10-12 लाख रुपया है मोटा मोटा हिसाब ने दसिया। तो 10-12 जो सानू की देना तो रखना की कोल सानू तो चाहिए 20 लाख साड़ा तो 20 ना सरना फिर पुछो तो रखा बस एह काम फड़ ला ते कुत्ता नवाल दे फड़ ला ते डंगर नवाल ला फड़ ला ते ट्रैक्टर धोला बस एहो ही काम मेरा आ जांदे ओ मूंह चुक के पैसे मंगण जे अगे ते 5-7 हज़ार आले हुण लखां आले हो गए वाओ ताडे सदके मालको मैं ते रह गया फिर नौकर दा नौकर ही चल धो हथ ते फिर तैयार हो जा डंगर नवालन नूं ठहर के होर घंटे तक मम्मी आ फड़ खूं ते ला मामी जे अं दुआ दवा चवा दवा कणको तो दवा ना कणको अह कि दे दंगे मम्मी कोई नी कणको फिर कणक पकने फिर थोड़े बहुत लै मांगे को नहीं भरा तू ओना चज ना गल कर भी साडा नहीं सोनूगा फिर आ गया सोनू ने भी आती चुकी आ सोनू पैड़ी के मगरी पै गया इदा सोनू नु नहीं करनी चाहिए डैडी कहे बोती जान नहीं तेना 10 लाख रुपया लेना तो सवेरे आने के लै जा बाकी 2 महीने लगने लिमिट भी भरनी है फसल वड के उस आरती ने पैसे दे दी जाने माता चलो वेखांगे हुण पिंडी करदे गल्ला आ तो की आंदे ने खोदिया पहाड़ ते निकले जुआ किथे 20 लाख दी लोड़ ते किथे 5 लाख दा हां करके आ गए मम्मी जे सैने आंदे आ डोबदे नूं तिरके दा सहारा सहारा आंदा ना 8 लाख दी हां हैगी है चल अच्छा तेल देखो तेल दी धार वेखो की बणदा पठे पाए सबको कीता वा हुण तू जा जू पियो ते रेस्ट करो घड़ी चलो ठीक है बहुत मैं ऊं तो गया हां पर रेस्ट इहनूं कहे तू रेस्ट ही रही मिट्टी झाड़ी सानू गाड़ी मत देन दिया कर लो ओना ओना कि सानू भी लोड़ नहीं बहुता सिर खपाउण दी फिर की करना समान खान जाके अहीं की करिए अहीं इक ते रख के लै जाणियां पैलियां इन्हां दियां ही आ मम्मी 5 लाख कानू कहना ही को है तो सही 4-4 लाख दे दो भी सर जूगा इन्हे तो सारे पैसे होने मेनू पता वा इन की होने8 लाख दे दो 5 तुम इन्होंने 3 होर वध दे दो
ਅੱਠ ਦੇ ਦੋ ਮੈਂ ਕਹਿੰਦੀ ਚੱਲ ਸਾਡੇ ਕੋਲ ਵੀ ਕੋਈ ਰਹਿ ਜੂਗਾ ਮਗਰ 4 ਲੱਖ ਤੇ ਰਹਿ ਹੀ ਜਾਣਾ ਮਗਰ ਸਾਡੇ ਕੋਲ ਵੀ ਖਰਚੇ ਖਰਚੇ ਜੋਗੇ ਚੱਲ ਉਹਨਾਂ ਨੂੰ ਫਿਰ ਆਖਾਂਗੇ ਵੀ 5 ਤੁਸੀਂ ਰੱਖ ਲਓ ਤੇ ਉਹ ਅਸੀਂ ਵੀ ਚੱਲ ਨਾ ਲਵਾਂਗੇ ਉਹਦਾ ਵੀ ਵਿੱਚ ਖਰਚ ਹਿੱਸਾ ਹਿੱਸਾ ਉਹ ਵੀ 5 ਵਰਤ ਲੈਣ ਤੇ ਚੱਲ ਭਾਜੀ ਨੂੰ ਮੋੜ ਹੀ ਦਿੰਦੇ ਇਹ 3 ਮੋੜ ਦੇਣਗੇ 3 ਨਵਾਂ ਇਹਨਾਂ ਨੂੰ ਆਖਾਂ ਵੀ ਸਾਡਾ ਮੋੜ ਦਿਓ ਆਹੋ 3 ਹੋਰ ਵਾਰੀਆਂ ਫਸਲ ਆਉਣ ਵਾਲੀ ਹੈ ਜਾਂ ਫਸਲ ਆਉਣ ਦੇ ਜਾ ਦੇ ਜਾਣਗੇ ਹਾਂ ਜੇ ਨਾ ਦੇਣਗੇ ਸਾਡਾ ਹੱਥ ਬੜਾ ਤੰਗ ਹੋ ਜਾਣਾ हां ये तो है मैं ਤੈਨੂੰ ਇਹੋ 5 ਹੀ ਆਨੀ ਤੂੰ ਹੋਰ ਜੇ ਆਨੀ ਆ ਤੇ ਚੱਲ ਨਹੀਂ ਮੰਮੀ ਚੱਲ 3 ਕਰ ਦਿਓ ਉਹਨਾਂ ਦੇ ਵਿਚਾਰਿਆਂ ਦਾ ਵੀ ਜਿਹੜਾ ਵਾ ਵੀ ਹੁਣ ਫਸੀ ਨੂੰ ਆਏ ਆ ਕਹਿਣ ਨੇ ਤੇ ਕਿਹਦਾ ਜੀ ਕਰਦਾ ਹੀ ਇਦਾਂ ਕਿ ਕਹਿਣ ਨੂੰ ਤੇ 5 ਆਪੇ ਰਹਿਣ ਦੇਣਗੇ ਤੇ 3 ਨਾਲ ਉਹਨਾਂ ਨੂੰ ਤਲਾਹਨ ਦੇ ਹੀ ਦੇਣ ਹਨਾ ਸਾਡੀ ਆ ਵੀ ਤੜਫਾ ਡੈ ਪੈਂਦਾ ਵਾ ਨਾ ਹਾਂ ਇਹ ਵੀ ਗੁੱਸੇ ਜਾ ਜਾਂਦੇ ਹੁਣ ਗੁੱਸੇ ਉਹ ਤਾਂ ਨਹੀਂ ਕੋਈ ਗੱਲ ਮੰਮੀ ਉਹਨਾਂ ਨੂੰ ਵੀ ਇਹ ਹੈ ਕਿ ਜੇ ਆਪ ਨੂੰ ਲੋੜ ਪੈ ਗਈ ਤੇ ਫਿਰ ਕਿੰਨੂੰ ਆਖਣ ਜਾਣਾ ਹੈ ਇਹ ਗੱਲ ਵਿੱਚ ਕਿਤੇ ਆ ਜਾਂਦੀ ਆ ਪੈਣੀ ਨਾਲ ਤੇ ਗੱਲ ਬਣਦਾ ਹੀ ਬਣਦਾ ਇਹ ਗੱਲ ਉਹਨਾਂ ਵਿੱਚ ਨਹੀਂ ਹੁਣ ਤਾਂ ਸਾਹਮਣੇ ਘਰ ਤੇ ਛੰਦ ਵੀ ਹੈ ਉਹਨਾਂ ਕੋਲ ਖਰਾਬ ਹੋਇਆ ਹੀ ਰਹਿੰਦਾ ਵਾ ਤੇ ਪੈਸੇ ਤੇ ਲਵਾਉਂਦੇ ਰਹਿੰਦੇ ਆ ਇਹ ਲਵਾਉਂਦੇ ਰਹਿੰਦੇ ਤਾਂ ਹੀ ਮੈਂ 5 ਦੀ ਮੰਗ ਕੀਤੀ ਸੀ ਨਾ ਚਲ ਕੋਈ ਨਹੀਂ ਮੰਮੀ ਹੁਣ ਜਾਂਦੀ ਆ ਤੇ ਹੁਣ ਤੇ ਕਿੱਦਾਂ ਵਾਲੀ ਸੱਤੇ ਰਹਿੰਦੇ ਨੇ ਕੋਗਾਂ ਨਹੀਂ ਨਹੀਂ ਸਾਬੀ ਸਾਹਮਣੇ ਨਾ ਗੱਲ ਕਰਿਓ ਮੈਂ ਵੀ ਤਾਂ ਇੱਧਰ ਉੱਧਰ ਦੇਖ ਕੇ ਗੱਲ ਕੀਤੀ ਆ ਵੀ ਕਿਤੇ ਸਾਬੀ ਹੈ ਤੇ ਨਹੀਂ ਲੱਗੇ ਹੈ ਨਹੀਂ ਹੈ ਤਾਂ ਹੀ ਮੈਂ ਤੁਹਾਨੂੰ ਕਿਹਾ ਜੀ ਚਲੋ ਪੈਲੀ ਵੀ ਬਣ ਜੂਗੀ ਉੱਥੇ ਜੀ ਜੇ ਸ਼ਰੀਕ ਵਿੱਚ ਵੜ ਗਏ ਤੇ ਫੇਰ ਮਾੜੀ ਗੱਲ ਫੇਰ ਮਾੜੀ ਗੱਲ ਇਹੀ ਗੱਲ ਆ ਨਾ ਦੀਦੀ ਤੇ ਮੈਂ ਉਹ ਚੱਲ ਆਪਾਂ ਕਹਿੰਦੇ ਮੰਮੀ ਕੇ ਬਗਾਨੇ ਨੂੰ ਦੇਣੇ ਭੈਣ ਤੇ ਮੇਰੀ ਆ ਤੇ ਧੀ ਤੇ ਦਾਦੀ ਆ ਆਪਣੀ ਨੇ ਕਰਨੀ ਤੁਹਾਡੇ ਵਾਸਤੇ ਆ ਦੋਹਾਂ ਲਈ ਸਭ ਤੋਂ ਆਹੋ ਚੱਲ ਜੇ ਔਖੀ ਵੇਲੇ ਨਾ ਪੈਸਾ ਆਇਆ ਤੇ ਮੰਮੀ ਫਿਰ ਪੈਸੇ ਨੂੰ ਫੁੱਕਣਾ ਹੀ ਰੱਖ ਕੇ ਵੀ ਪਏ ਰਹਿਣੇ ਹੀ ਆ ਹੁਣ ਕਈ ਖਬਰਾਂ ਪੜੀ ਦੀਆਂ ਵਾ ਕਈਆਂ ਦੇ ਪੈਸਿਆਂ ਨੂੰ ਪਿਆ ਨੂੰ ਸੇਕ ਪੈ ਜਾਂਦੀ ਆ ਆਹ ਤਾਂ ਜੇ ਕਿਤੇ ਲੋੜ ਵੇਲੇ ਨਹੀਂ ਵਰਤਨੇ ਤੇ ਫਿਰ ਕੀ ਫਾਇਦਾ ਇਹਨਾਂ ਪੈਸਿਆਂ ਰੱਖਿਆਂ ਦਾ ਵੀ ਚੱਲ ਕੋਈ ਨਹੀਂ ਗਾੜੀ ਹੁਣ ਫਸਲ ਵੀ ਆਉਣੀ ਫਸਲ ਤੇ ਗਾੜੀ ਤੇ ਕਣਕ ਬੀਜਣੀ ਆਉਂਦੇ ਰਹਨੇ ਲਾਈ ਚਲਾਈ ਚੱਲੀ ਜਾਵੇ ਮੰਮੀ ਇੰਨਾ ਹੀ ਬਥੇਰਾ ਹੁੰਦਾ ਵਾ ਕੀ ਕਰਨਾ ਹੁੰਦਾ ਜੋੜ ਕੇ ਹੱਥ ਤੇ ਸੌਖਾ ਹੀ ਹੈ ਨਾ ਇਹਨਾਂ ਕਿਤੇ ਹੱਥ ਦੇ ਨਹੀਂ ਗਾੜੀ ਡਾਉਣਾ ਪੈਂਦਾ ਚੱਲ ਚੰਗਾ ਤੇ ਹੁਣ ਸਭ ਵੀ ਉਹਨਾਂ ਦੱਸਿਆ ਚੰਗਾ ਨਹੀਂ ਮੈਂ ਆ ਵੀ ਚੱਕਦੀ ਨਹੀਂ ਥੋੜਾ ਨਹੀਂ ਨਹੀਂ ਮੈਂ ਵੀ ਗੱਲ ਕਰਨੀ ਹੈ ਪਾਣੀ ਮੈਨੂੰ ਘੁੱਟ ਦੇ ਫਿਰ ਪੀਣਾ ਜੇ ਨਹੀਂ ਮੰਮੀ ਨਹੀਂ ਕੁੜੀਆ ਲਿਆ ਪਾਣੀ ਕਿੱਥੇ ਚੱਲ ਗਈ ਆ ਕਦੋਂ ਉਹਦੀ ਪਾਣੀ ਤੜਕੋ ਮੈਂ ਮੰਗਣ ਡਈ ਆ ਆ ਲਿਆ ਆ मनप्रीत मेरे जल्दी आनी मेरे लग रहा इन्हों की लोड़ पी उधर जान की ਦੀਦੀ ਨਾਲ ਸੁਣਾ ਦੇ ਵੀ ਜੇ ਐਰਕਾ ਨਾ ਮੇਰੇ ਵੱਲ ਆਏ ਤੇ ਮੈਂ ਫਿਰ ਗੁੱਸੇ ਦਾ ਸੁਣਾ ਦੇ ਮੈਂ ਹੀ ਦਿੱਤੇ ਉਹਨਾਂ ਨੂੰ ਭੇਜਿਆ ਤੇ ਮੈਂ ਹੀ ਆ ਇੱਥੇ ਉਹਨਾਂ ਨੂੰ ਆਹੋ ਚੱਲ ਕੋਈ ਗੱਲ ਸੁਣਾ ਦਿੱਤਾ ਸੁਣਾ ਨਹੀਂ ਦਿੱਤਾ ਇਹਨੇ ਬਲਦੀ ਦਾ ਤੇਲ ਪਾਇਆ ਹੈ ਕਿਹੜੀ ਗੱਲ ਬਲਦੀ ਦਾ ਤੇਲ ਪਾਇਆ ਕੀ ਹੋਇਆ ਹੋਰ ਕੀ ਆ ਉਧਰ ਭਲਾ ਪਰੋਣੇ ਇੱਧਰ ਆਏ ਪਰੋਣੇ ਬਣ ਕੇ ਉਧਰ ਆਏ ਚੱਲ ਕੋਈ ਨਹੀਂ ਚੱਲ ਗਏ ਆ ਤੇ ਐਵੇਂ ਨਾ ਗੁੱਸਾ ਕਰਿਆ ਫਮੀਆਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਕਰਕੇ ਸਾਰਾ ਕੰਮ ਖਰਾਬ ਹੁੰਦਾ ਵਾ मेनू गुस्सा ही बड़ा चढ़दा ते साडे परौणे उहनां घर जाण ते मेनू ना गुस्सा चढ़ू फिर वधिया गल आ इधर लै आयो अगली गल कोई गल बस माड़ी किस्मत गए जाने ਸਗਸਾ ਮੈਨੂੰ ਕੀ ਚੜ੍ਹਨਾ ਖੇਜ ਮੈਨੂੰ ਦੱਸ ਕਿਹੜੀ ਗੱਲਾਂ ਚੜ੍ਹਨੀ ਆ ਭਲਾ ਮਨਪ੍ਰੀਤ ਭਾਬੀ ਦੇ ਮੈਨੂੰ ਤਾਂ ਇਹ ਆਪਣਾ ਪਾਲਾ ਹੀ ਵੀ ਉੱਧਰ ਰਘਵੀਰ ਬਲਜੀਤ ਗਏ ਆ ਦੋਵੇਂ ਜਾਣੇ ਜੇ ਭਾਬੀ ਉਹ ਸੂਏ ਵਾਲੀ ਗੱਲ ਵੀ ਅੰਮ੍ਰਿਤ ਲੈ ਕੇ ਖਲੋਤਾ ਸੀ ਅੰਮ੍ਰਿਤ ਨੂੰ ਉੱਥੇ ਲੈ ਕੇ ਖਲੋਤਾ ਸੀ ਇਹੋ ਜਿਹੀ ਗੱਲ ਦੱਸ ਦਿੰਦੀ ਉਹਨਾਂ ਨੂੰ ਅਤੇ ਇੱਥੇ ਪੈ ਜਾਣਾ ਫਸਾਦ
ਮੈਨੂੰ ਲੱਗਦਾ ਨੇ ਗੱਲ ਨਹੀਂ ਦੱਸੀ ਕਿਉਂਕਿ ਉਹ ਕਿਹੜੇ ਸੁੱਖ ਨੂੰ ਦੱਸ ਕੇ ਗਏ ਆ ਜੇ ਦੱਸੀ ਹੁੰਦੀ ਤੇ ਸੁੱਖ ਤੱਕ ਗੱਲ ਜ਼ਰੂਰ ਆਉਣੀ ਸੀ ਇਹੋ ਜਿਹੀ ਹਨਾ ਚੱਲ ਇੱਦਾਂ ਕਰਦਾ ਵਾਂ ਮੈਂ ਜਿਹੜੀ ਆ ਲੜਾਈ ਪਾਈ ਨਾ ਮਨਪ੍ਰੀਤ ਭਾਬੀ ਨਾਲ ਇਹ ਖਤਮ ਕਰਦਾ ਮੈਂ ਮਨਪ੍ਰੀਤ ਭਾਬੀ ਨੂੰ ਪਹਿਲਾਂ ਆਪਣੇ ਵਾਸੇ ਕਰਦਾ ਵਾਂ ਅੰਮ੍ਰਿਤ ਦੇ ਵੱਸ 'ਚ ਹੋਈ ਲੈ ਇਹ ਕਿੱਡੀ ਕੀ ਗੱਲ ਆ ਵਿਚਲਾ ਕੰਢਾ ਜਿਹੜਾ ਵਾ ਨਾ ਮਨਪ੍ਰੀਤ ਭਾਬੀ ਆ ਇੱਦਾਂ ਕਰਦਾ ਵਾਂ ਭਾਬੀ ਹੁਣ ਜਿੱਥੇ ਮੈਨੂੰ ਮਿਲਦੀ ਆ ਨਾ ਪਹਿਲਾਂ ਤਾਂ ਕਰਦਾ ਮੈਂ ਭਾਬੀ ਨਾਲ ਸੁਲਾ ਸਫਾਈ ਮਾਫ਼ੀ ਮੰਗੂ ਉਹਦੇ ਕੋਲੋਂ ਗੱਲਾਂ ਗੱਲਾਂ 'ਚ ਹੀ ਉਹਨੂੰ ਗੱਲ ਪਤਾ ਵੀ ਨਹੀਂ ਲੱਗਣ ਦੇਣੀ ਵੀ ਮਾਫ਼ੀ ਕਿਉਂ ਮੰਗਣ ਡਿਆ ਵਾ ਹੈ ਨਾ ਅਤੇ ਉਹਦੇ ਨਾਲ ਪਹਿਲਾਂ ਸਾਂਝ ਹੀ ਪਾ ਗਏ ਨਾ ਫਿਰ ਮੈਂ ਉੱਧਰ ਕਰਦਾ ਵਾਂ ਕੰਮ ਕਿਉਂਕਿ ਜੇ ਮਨਪ੍ਰੀਤ ਭਾਬੀ ਨੇ ਮੈਨੂੰ ਐਂ ਪੂਰਾ ਹਾਸੇ ਠੱਠੇ 'ਚ ਲੱਲਿਆ ਨਾ ਫਿਰ ਮੇਰਾ ਜਾਣ ਆਉਣ ਬਣ ਜਾਣਾ ਉੱਧਰ ਫਿਰ ਮੈਂ ਜਾਣ ਆਉਣ ਕਰਕੇ ਫਿਰ ਵੇਖੂੰਗਾ ਬਾਕੀ ਕੰਮ ਕੋਈ ਨਹੀਂ ਪਹਿਲਾਂ ਮਨਪ੍ਰੀਤ ਭਾਬੀ ਵੱਲ ਹੋਣਾ ਪੈਣਾ ਫਿਰ ਪਤਾ ਲੱਗੂ ਮਨਪ੍ਰੀਤ ਭਾਬੀ ਨੂੰ ਵੀ ਸਾਬੀ ਹੈ ਕੀ ਚੀਜ਼ ਵੇਖਦੀ ਚੱਲ ਭਾਬੀ ਹੁੰਦਾ ਕੀ ਉਹ